ਬਾਹਰ ਕਿਸੇ ਬੰਦਿਆਂ ਦਾ ਸਾਥ ਦੋ ਦੁਕਾਨਾਂ ਦੇ ਸ਼ਟਰ ਬੰਦ ਕਰਕੇ 25 ਤਰੀਕ ਦਿਨ ਸ਼ੁੱਕਰਵਾਰ ਨੂੰ ਕਿਸਾਨ ਕਿਸੇ ਬੰਦਿਆਂ ਦਾ ਸਾਥ ਦੋ ਅਸੀਂ ਵੋਟਾਂ ਪਾ ਕੇ ਪਛਤਾਉਂਦੇ ਹਾਂ ਔਰ ਉਸ ਬੰਦੇ ਨੂੰ ਉਹਨੂੰ ਇੱਕ ਗੱਲ ਦਾ ਮੈਂ ਮੀਡੀਆ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜਿੱਦਣ ਉਹ ਪੰਜਾਬ ਵੜਿਆ ਨਾ ਪੰਜਾਬ ਤੇ ਉਹਦਾ ਪਾਥੀਆਂ ਨਾਲ ਸਵਾਗਤ ਕਰਨਾ ਆਪਣੇ ਦੇਸ਼ ਚੋਂ ਬਿਆਨ ਕੱਢ ਦੇ ਜਿਹੜਾ ਉਹ ਬਿਆਨ ਦਿੰਦਾ ਪਿਆ ਉਹਦਾ ਪਾਥੀਆਂ ਨਾਲ ਸਵਾਗਤ ਕਰਾਂਗੇ ਪਰ ਪੰਜਾਬ 'ਚ ਵੜ ਨਹੀਂ ਦੇਵਾਂਗੇ ਉਸ ਬੰਦੇ ਨੂੰ ਉਹ ਦੇਸ਼ ਚੋਂ ਬਿਆਨ ਕੱਢ ਦੇ ਇਹ ਗਲਤ ਬਿਆਨਬਾਜ਼ੀ ਹੈ ਬਿਹਾਰ ਦੇ ਵਿੱਚ ਹੋਇਆ ਨਿੱਜੀਕਰਨ ਕੀ ਫਾਇਦਾ ਹੋਇਆ ਇਹ ਜੇ ਮੈਡੀਕਲ ਨਿੱਜੀਕਰਨ 'ਤੇ ਕੀ ਫਾਇਦਾ ਹੁੰਦਾ ਪਿਆ ਇੱਕ ਢਕੋਸਲੇਬਾਜ਼ੀ ਹੈ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀ ਇਹ ਬਿਹਾਰ ਨਹੀਂ ਇਹ ਪੰਜਾਬ ਹੈ ਮਰਨੋ ਮਰਨ ਜਾ ਕੇ ਆਪਣਾ ਹੱਕ ਨਹੀਂ ਛੱਡਾਂਗੇ ਦੇਖੋ ਜੀ 25 ਜਿਹੜੇ ਸੈਂਟਰ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਆ ਇਹ ਪੂਰੇ ਦੇਸ਼ ਦੇ ਵਿਰੋਧੀ ਆ ਇਹਦੇ ਨਾਲ ਆੜ੍ਹਤੀਆਂ ਕਿਸਾਨ ਮਜ਼ਦੂਰ ਦੁਕਾਨਦਾਰ ਹਰ ਬੰਦਾ ਮਰੂਗਾ ਇਹ ਇਹੋ ਹੀ ਅਸੀਂ ਆਪਣੀ ਅਪੀਲ ਕਰਨ ਦੇ ਆ ਕਿ ਦੁਕਾਨਦਾਰਾਂ ਨੂੰ ਵੀ ਜੇ ਕਿਸਾਨ ਮਰਦਾ ਆੜ੍ਹਤੀਆਂ ਮਰਦਾ ਤਾਂ ਤੁਸੀਂ ਪਹਿਲਾਂ ਮਰਨਾ ਜੇ ਇਹ ਕਰਕੇ ਦੁਕਾਨਦਾਰੋ ਸਾਰੇ ਮੇਰੇ ਵੀਰ 25 ਤਰੀਕ ਨੂੰ ਸਾਡਾ ਸਾਥ ਦਿਓ ਅਤੇ ਸਾਡੇ ਨਾਲ ਰੋਸ ਪ੍ਰਦਰਸ਼ਨ 'ਤੇ ਨਿਕਲੋ ਅਤੇ ਇਹ ਜਿਹੜੇ ਆਰਡੀਨੈਂਸ ਵਾਪਸ ਕਰਾਈਏ ਪਰ ਜਦੋਂ ਵੀ ਹੁਣ ਗੁਰਦਾਸਪੁਰ ਆਏਗਾ ਉਹਦਾ ਪਾਥੇ ਨਾਲ ਸਵਾਗਤ ਕਰਾਂਗੇ ਜਿਹੜੇ ਉਹਨੂੰ ਵੋਟਾਂ ਪਾ ਕੇ ਜਿਤਾਇਆ ਉਹਦਾ ਫਰਜ਼ ਬਣਦਾ ਕਿਸਾਨੀ ਨਾਲ ਤੁਰਨ ਦਾ ਕਿ ਉਹਨੇ ਉਲਟ ਵੋਟ ਪਾਈ ਆ ਅਤੇ ਬਾਕੀ ਦੂਸਰੀ ਗੱਲ ਇਹ ਆ ਉਹਨੂੰ ਕੀ ਪਤਾ ਪੰਜਾਬੀਆਂ ਦੀ ਭਾਵਨਾਵਾਂ ਕੀ ਆ ਕੀ ਖੇਤੀ ਬਾਰੇ ਕੀ ਆ ਜੋਤਿਸ਼ ਆਰ ਕੇ ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ ਵਸ਼ੀਕਰਨ ਕਰਨਾ ਜਾਂ ਤੋੜਨਾ ਪਿਆਰ ਵਿੱਚ ਧੋਖਾ ਲਵ ਮੈਰਿਜ ਪਤੀ ਪਤਨੀ ਵਿੱਚ ਅਣਬਣ ਸੌਤਨ ਦੁਸ਼ਮਣ ਦਾ ਨਾਸ਼ ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ 81468-13896 81468-13896